ਜੰਮੂ ਕਸ਼ਮੀਰ ਦੇ ਵਿੱਚ ਮਾਰੇ ਗਏ ਦੋ ਪੰਜਾਬੀ ਨੌਜਵਾਨਾਂ ਦੇ ਵਿੱਚੋਂ ਇੱਕ ਅੰਮ੍ਰਿਤਪਾਲ, ਜਿਸ ਦਾ ਕੱਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ, ਜਦਕਿ ਦੂਸਰਾ ਰੋਹਿਤ ਮਸੀਹ, ਉਸਦੀ ਜਿਹੜੀ ਮ੍ਰਿਤਕ ਦੇਹ ਹੈ, ਉਹ ਦੇਰ ਰਾਤ ਪਿੰਡ ਚਮਿਆਰੀ ਦੇ ਵਿੱਚ ਪਹੁੰਚੀ ਔਰ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ। ਉਹਨਾਂ ਦੇ ਘਰ ਦੇ ਬਾਹਰ ਮੈਂ ਮੌਜੂਦ ਹਾਂ, ਰਿਸ਼ਤੇਦਾਰ ਪਿੰਡ ਵਾਸੀ ਇੱਥੇ ਕੱਲ੍ਹ ਤੋਂ ਹੀ ਲਗਾਤਾਰ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ। ਤਾਂ ਇੱਕ ਚੀਜ਼ ਦੱਸੋ ਕਿ ਜਦੋਂ ਮ੍ਰਿਤਕ ਦੇਹ ਪਹੁੰਚੀ, ਤੁਸੀਂ ਦੇਖੀ ਹੋਏਗੀ ਕਿੱਥੇ ਕਿੱਥੇ ਗੋਲੀ ਲੱਗੀ ਉਹਦੇ ਸਰੀਰ? ਇਹਨਾਂ ਦੇ ਇੱਕ ਗੋਲੀ ਇੱਥੇ ਲੱਗੀ, ਵੱਖੀ 'ਚ ਲੱਗੀ ਆ, ਇੱਕ ਗੋਲੀ ਉਹਨਾਂ ਦੇ ਪੱਟ 'ਤੇ ਲੱਗੀ ਆ। ਜਿਹੜੀ ਮੈਂ ਪਰਿਵਾਰ ਦੀ ਗੱਲ ਕਰਾਂ ਤਾਂ ਬੜਾ ਸਧਾਰਨ ਗਰੀਬ ਪਰਿਵਾਰ ਹੈ, ਤਾਂ ਨੌਜਵਾਨ ਪੁੱਤ ਸੀ, ਬਹੁਤ ਉਮੀਦਾਂ ਸੀ ਪਰਿਵਾਰ ਨੂੰ। ਤਾਂ ਹੁਣ ਕੀ ਪਰਿਵਾਰ ਦੇ ਵਿੱਚ ਕਿਹੜੇ ਕਿਹੜੇ ਜੀ ਹੈ, ਕਿਸ ਤਰੀਕੇ ਦੇ ਨਾਲ ਗੁਜ਼ਾਰਾ ਹੋਏਗਾ ਇਹਨਾਂ ਦਾ ਗੁਜ਼ਾਰਾ? ਅੱਗੇ ਵੇਖੋ ਜੀ, ਅੱਗੇ ਵੀ ਹਾਲਾਤ ਬਹੁਤ ਮਾੜੇ ਨੇ, ਗਰੀਬ ਆ, ਅਤੇ ਇਹ ਦੋਵੇਂ ਭੈਣ ਭਰਾ ਨੇ, ਇੱਕੋ ਲੜਕਾ ਇਹਨਾਂ ਦਾ, ਅਤੇ ਇਹਦੇ ਸਿਰ 'ਤੇ ਅੱਗੇ ਜਗਰਾਤ ਚੱਲ ਰਿਹਾ ਸੀ ਵੀ ਇੱਥੇ ਦਿਹਾੜੀ ਕਰਦਾ ਸੀ, ਉੱਥੇ ਵੀ ਮਿਹਨਤ ਵਾਸਤੇ ਗਿਆ ਵਾ ਵੀ ਉੱਥੇ ਦਿਹਾੜੀ ਥੋੜ੍ਹੀ ਜ਼ਿਆਦਾ ਵਾ, ਅਤੇ ਕੰਮ 'ਤੇ ਪਹਿਲੀ ਵਾਰੀ ਉੱਥੇ ਗਿਆ ਵਾ, ਇਹ ਦੂਜੇ ਮੁੰਡੇ ਦੇ ਨਾਲ ਗਿਆ ਵਾ ਵੀ ਉੱਥੇ ਥੋੜ੍ਹੀ ਦਿਹਾੜੀ ਜ਼ਿਆਦਾ ਵਾ, ਤੇ ਚਲੋ ਆਪਣਾ ਡੰਗ ਡੋਰ ਚੱਲਦਾ ਰਹੂਗਾ ਆਪਣਾ। ਇਹ ਗੱਲ ਜੀ, ਹਾਂਜੀ, ਇਕਲੌਤਾ ਪੁੱਤ ਸੀ ਤੁਸੀਂ ਕਿਹਾ, ਇੱਕ ਭੈਣ ਵੀ ਦੱਸਿਆ ਜਾ ਰਿਹਾ, ਤਾਂ ਉਹ ਕੀ ਕਰਦੀ ਔਰ ਸਰਕਾਰ ਤੋਂ ਤੁਹਾਡੀ ਕੀ ਮੰਗ? ਸਾਡੀ ਸਰਕਾਰ ਕੋ ਇਹ ਮੰਗ ਆ ਵੀ ਉਹ ਬੇਟੀ ਨੂੰ ਨੌਕਰੀ ਦਿੱਤੀ ਜਾਵੇ, ਕਿਉਂਕਿ ਅੱਗੇ ਬੇਟੇ ਦੇ ਸਿਰ 'ਤੇ ਕੰਮ ਚੱਲਦਾ ਇਹ ਦਾਲ ਫੁਲਕੇ ਦਾ ਉਹਨਾਂ ਦਾ, ਅਤੇ ਉਹਨਾਂ ਦਾ ਫਾਦਰ ਸਾਹਿਬ ਜਿਹੜਾ ਉਹ ਤਾਂ ਬੜਾ ਗਰੀਬ ਹੈ, ਤਾਂ ਕੰਮ ਵੀ ਨਹੀਂ ਉਹਨਾਂ ਕੋਲ ਹੁੰਦਾ, ਉਹ ਠੀਕ ਠਾਕ ਨਹੀਂ ਰਹਿੰਦੇ। ਮੈਂ ਸਰਕਾਰੀ ਮੁਆਵਜ਼ੇ ਦੀ ਗੱਲ ਕਰਾਂ ਤਾਂ ਉਹਦੇ ਨਾਲ ਲੱਗਦਾ ਕਿ ਪਰਿਵਾਰ ਜਿਹੜਾ ਸਹਿਮਤ ਹੈ ਕਿ ਔਰ ਜੰਮੂ ਕਸ਼ਮੀਰ ਔਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕਿੰਨੀ ਕੁ ਮਾਲੀ ਮਦਦ ਕੀਤੀ ਗਈ? ਉਹਨਾਂ ਵੱਲੋਂ ਮਦਦ 1.5 ਲੱਖ ਰੁਪਇਆ ਆਇਆ ਸਾਰਾ ਜੰਮੂ ਕਸ਼ਮੀਰ। ਹਾਂਜੀ ਹਾਂਜੀ, ਉਧਰੋਂ ਇੱਥੋਂ ਧਾੜੀਵਾਲ ਸਾਹਿਬ ਕੱਲ੍ਹ ਦੇ ਕੇ ਗਏ ਨੇ 2 ਲੱਖ ਦਾ ਚੈੱਕ, ਹੋਰ ਕੋਈ ਅਜੇ ਇੱਧਰੋਂ ਕੋਈ ਸੁਣਾਈ ਨਹੀਂ ਹੋਈ ਜ਼ਿਆਦਾ। ਪਰ ਜਿਹੜਾ ਪੈਸਾ ਵਾ ਉਹ ਕਦੇ ਵੀ ਕਿਸੇ ਦੀ ਜਿਹੜੀ ਕਮੀ ਆ ਪੂਰੀ ਨਹੀਂ ਕਰ ਸਕਦਾ, ਤਾਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੂੰ ਕੀ ਕਰਨਾ ਚਾਹੀਦਾ ਜਿਹਦੇ ਕਰਕੇ ਪਰਿਵਾਰ ਜੋ ਹੈ ਉਹਦਾ ਗੁਜ਼ਾਰਾ ਜਿਹੜਾ ਅੱਗੇ ਚੱਲਦਾ? ਵੇਖੋ ਜੀ, ਜਿਹੜਾ ਮੰਨ ਲਾ ਇਸ ਟਾਈਮ 'ਤੇ 10 ਲੱਖ ਵੀ ਦੇ ਦਿੰਦਾ ਉਹ ਵੀ ਕੰਮ ਨਹੀਂ ਕਰ ਸਕਦਾ। ਪਰ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਕਿ ਇਹਨਾਂ ਦਾ ਜਿੰਨਾ ਤੱਕ ਹੈਗੇ ਉਹਨਾਂ ਤੱਕ ਇਹਨਾਂ ਦਾ ਗੁਜ਼ਾਰਾ ਚੱਲਦਾ ਰਹੇ, ਉਹਨਾਂ ਦੀ ਇੱਕ ਬੇਟੀ ਆ, ਅਤੇ ਇਹਨੂੰ ਕੋਈ ਨੌਕਰੀ ਦਿੱਤੀ ਜਾਵੇ, ਉਹ ਪਲੱਸ 2 'ਚ ਪੜ੍ਹ ਰਹੀ ਆ ਇਸ ਟਾਈਮ 'ਤੇ। ਹਾਂਜੀ, ਇੱਕ ਬੜਾ ਸਧਾਰਨ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਦੋਵੇਂ ਨੌਜਵਾਨ। ਪਰ ਜੇਕਰ ਰੋਹਿਤ ਦੀ ਗੱਲ ਕੀਤੀ ਜਾਵੇ ਤਾਂ ਮਾਪਿਆਂ ਦਾ ਇਕਲੌਤਾ ਪੁੱਤ ਸੀ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਦਾ ਵੀ ਕਹਿਣਾ ਕਿ ਇੱਕ ਉਸਦੀ ਜਿਹੜੀ ਭੈਣ ਜੋ ਕਿ 12ਵੀਂ ਦੇ ਵਿੱਚ ਪੜ੍ਹ ਰਹੀ ਹੈ, ਤਾਂ ਜੇਕਰ ਉਸ ਨੂੰ ਸਰਕਾਰ ਵੱਲੋਂ ਕੋਈ ਨੌਕਰੀ ਦਿੱਤੀ ਜਾਂਦੀ ਹੈ ਤਾਂ ਪਰਿਵਾਰ ਦਾ ਗੁਜ਼ਰ ਬਸਰ ਜਿਹੜਾ ਉਹ ਹੋ ਸਕਦਾ। ਹਾਲਾਂਕਿ ਕੋਈ ਵੀ ਜਿਹੜੀ ਕੀਮਤੀ ਜਾਨ ਹੈ ਪੈਸੇ ਦੇ ਨਾਲ ਉਸ ਨੂੰ ਨਹੀਂ ਤੋਲਿਆ ਜਾ ਸਕਦਾ, ਪਰ ਇੱਕ ਜਵਾਨ ਪੁੱਤ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਪਰਿਵਾਰ ਨੂੰ ਇੱਕ ਵੱਡਾ ਸਦਮਾ ਵੀ ਲੱਗਾ, ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਚਿੰਤਾ, ਕਿਉਂਕਿ ਉਹੀ ਜਵਾਨ ਪੁੱਤ ਸੀ ਜਿਸ ਦੇ ਉੱਤੇ ਉਮੀਦਾਂ ਸੀ ਕਿ ਉਹ ਗੁਜ਼ਾਰਾ ਜੋ ਹੈ ਪਰਿਵਾਰ ਦਾ ਚਲਾਉਣ ਦੇ ਲਈ ਮਿਹਨਤ ਕਰੇਗਾ, ਔਰ ਮਿਹਨਤ ਮਜ਼ਦੂਰੀ ਦੇ ਲਈ ਹੀ ਉਹ ਪਹਿਲੀ ਵਾਰ ਜੰਮੂ ਕਸ਼ਮੀਰ ਗਿਆ ਸੀ। ਪਰ ਉਸ ਦੇ ਵਾਪਸ ਪਰਤਣ ਤੋਂ ਪਹਿਲਾਂ ਇੱਕ ਐਸੀ ਮੰਦਭਾਗੀ ਖਬਰ ਪਿੰਡ ਤੱਕ ਪਹੁੰਚਦੀ ਹੈ ਜਿਸ ਨੇ ਪੂਰੇ ਪਿੰਡ ਨੂੰ ਨਹੀਂ ਬਲਕਿ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ, ਨਿਊਜ਼ 18 ਅਜਨਾਲਾ।